when people tell me that i can't do it mm hm that inspires me ਕੇਕਰ ਘਰ ਵਿੱਚ ਸਵਰਗ ਆ ਤਾਂ ਬਾਹਰ ਵੀ ਸਵਰਗ ਆ ਘਰ ਵਿੱਚ ਸਵਰਗ ਸਾਡੀਆਂ ਮਾਮਾਂ ਭੈਣਾਂ ਤੇ ਬੱਚੀਆਂ ਲਿਆ ਸਕਦੀਆਂ ਜਦੋਂ ਅਸੀਂ ਸਾਰੀ ਕਮਿਊਨਿਟੀ ਜਾਂ ਸਾਰੇ ਲੋਕ ਜਿਹੜੇ ਇਕੱਠੇ ਹੋਵਾਂਗੇ ਨਾ ਰੰਗ ਰੂਪ ਨੂੰ ਛੱਡ ਕੇ ਜਾਤਾਂ ਪਾਤਾਂ ਨੂੰ ਛੱਡ ਕੇ ਅਸੀਂ ਕਹੀਏ ਅਸੀਂ ਸਿੱਧੇ ਰਸਤੇ ਤੇ ਚੱਲਣਾ ਤੇ ਉਹੀ ਸਾਡਾ ਵਧੀਆ ਧਰਮ ਕਰਮ ਹੋਊਗਾ ਪਰਮਾਤਮਾ ਸਾਰੇ ਮਾਮਾ ਨੂੰ ਭੈਣਾਂ ਨੂੰ ਤੇ ਬੱਚੀਆਂ ਨੂੰ ਪੂਰਾ ਬਲ ਬਖਸ਼ੇ ਕਿ ਉਹ ਕਦੇ ਵੀ ਇਹ ਨਾ ਕਹਿਣ ਕਿ ਅਸੀਂ ਇਸ ਸਮਾਜ ਦਾ ਇੱਕ ਕਮਜ਼ੋਰ ਅੰਗ ਆ ਹਮ ਐਨੀਥਿੰਗ ਹੈਪਨਸ ਫॉर ਅ ਰੀਜ਼ਨ ਯੈਸ ਦਸ ਟਰੂ ਹਾਪੀ ਇੰਟਰਨੈਸ਼ਨਲ ਔਰ ewomenਸ ਡੇ ਲਫਲੀ ਬੋਬੋ ਸਵਾਗਤ ਤੁਹਾਡਾ ਗੁੱਡ ਆਫਟਰਨੂਨ ਥੈਂਕ ਯੂ ਕੀ ਹਾਲ ਆ ਤੁਹਾਡਾ ਗੁੱਡ ਹਾਊ ਆਰ ਯੂ ਮੇਰੇ ਠੀਕ ਆ ਸੋ ਵਾਟ ਯੂ ਵਾਂਟ ਟੂ ਸੇ ਫਾਰ ਯੋਰ ਸੈਲਫ ਫਰਸ ਮਕੀਨਾ ਕੁਛ ਦਸਿਆ ਤੁਹਾਡੇ ਬਾਰੇ ਮੈਂ ਕੀ ਵੰਨਣੋ

ਹਮ ਇਹ ਦਿਖਾਉਣਾ ਚਾਹੁੰਦੇ ਆ ਕਿ ਮੈਂ ਕਰ ਸਕਦੀ ਆ ਮੈਂ ਕਿਸੇ ਵੀ ਤਰੀਕੋਂ ਪਿੱਛੇ ਨਹੀਂ ਰਹਿਣਾ ਚਾਹਦੀ ਰੱਖਣਾ ਚਾਹਦੀ ਆ ਆਪਣੇ ਆਪ ਨੂੰ ਸਾਡੇ ਨਾਲ ਲਵ ਪ੍ਰੀਤ ਦੇ ਫਾਦਰ ਸਾਹਿਬ ਵੀ ਸ਼ਾਮਲ ਨੇ ਮਿਸਟਰ ਦਿਓ ਸੁਆਗਤ ਹੈ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਸਾਨੂੰ ਇੱਥੇ ਸੱਦਣ ਦਾ ਤੇ ਅਸੀਂ ਰੈਡ ਐਫ ਐਮ ਤੇ ਰਿਣੀ ਆ ਕਿ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਤੇ ਮੈਂ ਅੱਜ ਇਹ ਵੂਮਨਸ ਡੇ ਤੇ ਮੌਕੇ ਤੇ ਸਾਰੇ ਕਮਿਊਨਿਟੀ ਨੂੰ ਸਾਰੀਆਂ ਸਾਰੀਆਂ ਕਮਿਊਨਟੀਆਂ ਨੂੰ ਵਧਾਈ ਦਿਨਾ ਆਓ ਆਪਾਂ ਰਲ ਮਿਲ ਕੇ ਜੇ ਕੋਈ ਡਿਸਕ੍ਰਿਮੀਨੇਸ਼ਨ ਹੋ ਰਿਹਾ ਉਹਨੂੰ ਖਤਮ ਕਰੀਏ ਤੇ ਇਸ ਤਰੀਕੇ ਦੇ ਨਾਲ ਲਪ੍ਰੀਤ ਵੀ ਪਹਿਲਾਂ ਤੋਂ ਜੂਝਦੀ ਆਈ ਆ ਕਿ ਇਹਨੂੰ ਹਮੇਸ਼ਾ ਕਈਆਂ ਨੇ ਕਹਿਣਾ ਕਿ ਤੂੰ ਆਹ ਨਹੀਂ ਕਰ ਸਕਦੀ ਪਰ ਇਹਨ ਹਮੇਸ਼ਾ ਇਹ ਕਹਿਣਾ ਡੈਡੀ ਆਈ ਕੈਨ ਡੂ ਇਟ ਤੇ ਇਹਨ ਕਰਕੇ ਦਿਖਾ ਲਿਆ ਇਹਨ 2000 ਕਿਲੋਮੀਟਰ ਬਾਈਕ ਚਲਾਇਆ ਤੇ ਉਹਦੇ ਵਿੱਚ ਤੇ ਹੁਣ ਇਹਨੂੰ ਆਪਣੇ ਟਾਪ 25 ਵੂਮਨ ਦਾ ਜਿੱਦਾਂ ਮੈਂ ਤੁਸੀਂ ਦੱਸੇ ਚੁੱਕੇ ਆ ਅਵਾਰਡ ਮਿਲ ਰਿਹਾ ਅਪ੍ਰੈਲ 4 ਨੂੰ ਤੇ ਅਸੀਂ ਬਹੁਤ ਮਾਣ ਕਰਦੇ ਆ ਇਹਦੇ ਤੇ ਤੇ ਸਾਨੂੰ ਮਾਣ ਆ ਕਿ ਸਾਡੀ ਧੀ ਨੇ ਇੰਨਾ ਵਧੀਆ ਕੰਮ ਕੀਤਾ ਮੈਂ ਬਾਕੀ ਸਾਰੀ ਕਮਿਊਨਿਟੀ ਨੂੰ ਇਹ ਗੱਲ ਦੱਸਦਾ ਬੇਨਤੀ ਆ ਕਿ ਜੇਕਰ ਕੋਈ ਡਿਸੇਬਲਡ ਪਰਸਨ ਮਿਲਦਾ ਸਾਨੂੰ ਉਹਦੀ ਇਹ ਨਾ ਗੱਲ ਸਮਝੋ ਕਿ ਇਹ ਕਰ ਨਹੀਂ ਸਕਦਾ ਆਪਾਂ ਉਹਨੂੰ ਕਹੀਏ ਹਾਂ ਤੂੰ ਕਰ ਸਕਦਾ ਜਦੋਂ ਇਹੀ ਗੱਲ ਹੋ ਜਾਂਦੀ ਹੈ ਕਿ ਹਾਂ ਤੂੰ ਕਰ ਸਕਦਾ ਤਾਂ ਉਹਦੇ ਵਿੱਚ ਮੋਟੀਵੇਸ਼ਨਲ ਬਹੁਤ ਮੋਟੀਵੇਟ ਹੋ ਜਾਂਦਾ ਜਿਸ ਤਰ੍ਹਾਂ ਮੈਂ ਆਪਣੇ ਦਿਲੋਂ ਧੰਨਵਾਦੀਆਂ ਪੰਜਾਬੀ ਲਖਾਰੀ ਸਭਾ ਦਾ ਜਿਨੇ ਲਾਪ੍ਰੀਤ ਨੂੰ ਇਹ ਆਪਣਾ ਅਵਾਰਡ ਦਿੱਤਾ ਸੀ ਤੇ ਪੰਜਾਬੀ ਇਹ ਲੇਖਕ ਐਸੋਸੀਏਸ਼ਨ ਅਰਪਣ ਗਰੁੱਪ ਨੂੰ ਉਹਨਾਂ ਵੀ ਕਾਫੀ ਇਹਦਾ ਮਾਣ ਵਧਾਇਆ ਇਨ ਉਹ ਤੋਂ ਇਨਸਪਾਇਰ ਹੋਈ ਆ ਕਿ ਹਾਂ ਮੈਂ ਹੋਰ ਕਹਾਂ ਪਤਾ ਐਸਵੇਲੇ ਸ਼ੀ ਇਜ਼ ਡੂਇੰਗ ਵੈਰੀ ਗੁੱਡ ਪਰਮਾਤਮਾ ਸਾਰੇ ਮਾਵਾਂ ਨੂੰ ਭੈਣਾਂ ਨੂੰ ਤੇ ਬੱਚੀਆਂ ਨੂੰ ਪੂਰਾ ਬਲ ਬਖਸ਼ੇ ਕਿ ਉਹ ਕਦੇ ਵੀ ਇਹ ਨਾ ਕਹਿਣ ਕਿ ਅਸੀਂ ਇਸ ਸਮਾਜ ਦਾ ਇੱਕ ਕਮਜ਼ੋਰ ਅੰਗ ਆ ਅਸੀਂ ਉਸ ਪ੍ਰਵੈਂਸ ਵਿੱਚ ਰਹਿ ਰਹੇ ਹਾਂ ਜਿੱਥੇ ਸਾਡੀ ਪ੍ਰੀਮੀਅਰ ਵੀ ਲੇਡੀਆ ਤੇ اپੋਜੀਸ਼ਨ ਲੀਡਰ ਵੀ ਲੇਡੀਆ ਤੇ ਅਖੀਰ ਤੇ ਜਿਹੜੀ ਆਪਣੇ ਕਲਗਰੀ ਦੀ ਮੇਅਰ ਆ ਹਾਂਜੀ ਏ ਓ ਵੀ ਲੇਡੀਆ ਦੱਸੋ ਹੋਰ ਸਾਨੂੰ ਇਹ ਦੇ ਵਿੱਚ ਕੀ ਚਾਹੀਦਾ ਹਾਂ ਅਸੀਂ ਇੱਧਰ ਨੂੰ ਬਹੁਤ ਵਧੀਆ ਪਲੰਗਾ ਪੱਟ ਰਹੇ ਹਾਂ ਤੇ ਜਦੋਂ ਅਸੀਂ ਸਾਰੀ ਕਮਿਊਨਿਟੀ ਜਾਂ ਸਾਰੇ ਲੋਕ ਜਿਹੜੇ ਇਕੱਠੇ ਹੋਵਾਂਗੇ ਨਾ ਰੰਗ ਰੂਪ ਨੂੰ ਛੱਡ ਕੇ ਜਾਤਾਂ ਪਾਤਾਂ ਨੂੰ ਛੱਡ ਕੇ ਅਸੀਂ ਕਹੀਏ ਅਸੀਂ ਸਿੱਧੇ ਰਸਤੇ ਤੇ ਚੱਲਣਾ ਤੇ ਉਹੀ ਸਾਡਾ ਵਧੀਆ ਧਰਮ ਕਰਮ ਹੋਊਗਾ ਤੇ ਬਹੁਮਨ ਦੇ ਤੇ ਮੈਂ ਫਿਰ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਨਾ ਤੇ ਮੈਂ ਇੱਕ ਇਹ ਸੋਨਦਾ ਸੀ ਉਹ ਕਹਿੰਦੇ ਵੀ ਜੇਕਰ ਘਰ ਵਿੱਚ ਸਵਰਗ ਆ ਤਾਂ ਬਾਹਰ ਵੀ ਸਵਰਗ ਆ ਘਰ ਵਿੱਚ ਸਵਰਗ ਸਾਡੀਆਂ ਮਾਮਾ ਭੈਣਾਂ ਤੇ ਬੱਚੀਆਂ ਲਿਆ ਸਕਦੀਆਂ ਆਓ ਆਪਾਂ ਇਹਨਾਂ ਨੂੰ ਇਹ ਕਹੀਏ ਅੱਜ ਦਾ ਤੁਹਾਡਾ ਦਿਨ ਸਾਰਾ ਸਾਲ ਇਸੇ ਤਰ੍ਹਾਂ ਰਹੇ ਜੀ ਲਵਪ੍ਰੀਤ ਤੁਸੀਂ ਆਪਣੇ ਟ੍ਰੇਨਰ ਦੇ ਨਾਲ ਬਹੁਤ ਕੰਮ ਕੀਤਾ ਆ ਤਾਂ ਕੀ ਤੁਸੀਂ ਹੋਰਨਾਂ ਨੂੰ ਵੀ ਇਨਸਪਾਇਰ ਕਰਦੇ ਹੋ ਉਹਨਾਂ ਨੂੰ ਵੀ ਟ੍ਰੇਨ ਕਰਦੇ ਆ ਹੁਣ ਅਮ ਯੈਸ਼ੀ ਟੈਲਸ ਮੀ ਏਵਰੀ ਡੇ She's like you. You inspire me more than anybody. Anybody. <laughs> yeah. She's like, there's a lot of people at the gym hmm. that come to me. And they're like, you inspire me. Hmm. The other day, some guy came up to me and goes, "You, insp inspire me because two months ago I found out I had cancer." Oh. And he goes, "I read your story." Uh huh. And he goes, "I'm not. I'm not gonna give up. Give up." ਵਾਓ ਲਫਰੀ ਦੇ ਹੋਣਾ ਨੂੰ ਵੀ ਇਨਸਪਾਇਰ ਕੀਤਾ ਦੇਖ ਲਓ ਯੇ ਇਨਸਪਾਇਰ ਕੀਤਾ ਜੀ ਇਹਨਾ ਇਹ ਕਾਫੀ ਜਦੋਂ ਜਿਮ ਦੇ ਵਿੱਚ ਜਾਂਦੀ ਹੈ ਇਹ ਆਲਮੋਸਟ 3 ਔਰ 4 ਡੇਸ ਅ ਵੀਕ ਤੇ ਇਹ ਹੋਂ ਦੱਸੋ ਜੀ ਕਹਿੰਦੇ ਕਿ ਮੇਰਾ ਜਿਹੜਾ ਸਭ ਨਾਲ ਜਿਆਦਾ ਵਧੀਆ ਟਾਈਮ ਬੀਤਦਾ ਉੱਥੇ ਬੀਤਦਾ ਜਾਂ ਘਰ ਬੀਤਦਾ ਤੇ ਜਦੋਂ ਉੱਥੇ ਚਲੇ ਜਾਂਦੀ ਹੈ ਤਾਂ ਉੱਥੇ ਇਹਨੂੰ ਕਾਫੀ ਬੰਦੇ ਮਿਲਦੇ ਆ ਜਿਹੜੇ ਯੂ ਆਰ ਅ ਸੈਲੈਬ੍ਰਿਟੀ ਆ ਆਲਮੋਸਟ ਯਾ ਯਾ ਰਾਈਟ ਹੀ ਯੂ ዶ ਨੋਸ ਮੀ ਵੇਅਰ ਹਾਂ ਹੁਣੇ ਸਾਨੂੰ ਲਵਪ੍ਰੀਤ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਇਹਨਾਂ ਨੂੰ ਇਹਨਾਂ ਦੇ ਜਿਮ ਦੇ ਵਿੱਚ ਇੱਕ ਵਿਅਕਤੀ ਨੇ ਆ ਕੇ ਕਿਹਾ ਕਿ ਤੁਸੀਂ ਮੈਨੂੰ ਬਹੁਤ ਇਨਸਪਾਇਰ ਕਰਦੇ ਹੋ ਕਹਿੰਦੇ ਕਿ ਮੈਂ ਉਮੀਦ ਛੱਡਣ ਵਾਲਾ ਸੀਗਾ ਉਹਨਾਂ ਨੂੰ ਕੈਂਸਰ ਹੋ ਗਿਆ ਤੇ ਮੈਂ ਉਮੀਦ ਛੱਡਣ ਵਾਲਾ ਸੀਗਾ ਪਰ ਵੈਨ ਆਈ ਲੁੱਕ ਐਟ ਯੂ ਐਂਡ ਤੁਸੀਂ ਇੰਨਾ ਜ਼ਿਆਦਾ ਮੈਨੂੰ ਇਨਸਪਾਇਰ ਕੀਤਾ ਕਿ ਮੈਂ ਕਰ ਸਕਦਾ ਐਂਡ ਆਈ ਸ਼ੁੱਡ ਨਾਟ ਗਿਵ ਅਪ ਹੋਪ ਉਮ ਇਹ ਹੀ ਲਵਪ੍ਰੀਤ ਹੋਣਾ ਦਾ ਮੈਸੇਜ ਵੀ ਹੈ ਹੋਰਣਾ ਨੂੰ ਵੀ ਉਮ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਮਿਸਟਰ ਦਿਓ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਚੇਂਜ ਜ਼ਰੂਰ ਵੱਡੀ ਚੇਂਜ ਮਹਿਸੂਸ ਕੀਤੀ ਹੋਊਗੀ ਕਿ ਬੇਟੀ ਫਿਰ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਸੈਰੋਬ੍ਰੇਲ ਪਾਲਸੀ ਹੈ ਫਿਰ ਉਹਦੇ ਬਾਰੇ ਆਪਣੇ ਆਪ ਨੂੰ ਸਮਝਾਇਆ ਹੋਊਗਾ ਫੈਮਲੀ ਨੂੰ ਤਿਆਰ ਕੀਤਾ ਹੋਊਗਾ ਬਿਲਕੁਲ ਜੀ ਇਹ ਪਹਿਲਾਂ ਤਾਂ ਬਹੁਤ ਦੁੱਖ ਹੁੰਦਾ ਸੀ ਕਿ ਇਹ ਕਿਉਂ ਇਦਾਂ ਇਹਨੂੰ ਬਿਮਾਰੀ ਇਹ ਕਿਉਂ ਆਈ ਆ ਕਿਉਂਕਿ ਅਸੀਂ ਸੋਚਦੇ ਸੀ ਕਿ ਸਾਰੇ ਹੈਲਥੀ ਆ ਸਾਰੇ ਹੈਲਥੀ ਫੈਮਲੀ ਦੇ ਵਿੱਚ ਠੀਕ ਆ ਪਰ ਹੌਲੀ-ਹੌਲੀ ਅਸੀਂ ਜੂਸ ਟੂ ਇਸ ਤਰ੍ਹਾਂ ਹੋ ਗਏ ਆ ਵੀ ਕੋਈ ਗੱਲ ਨਹੀਂ ਯੇ ਪਰਮਾਤਮਾ ਨੇ ਸਾਨੂੰ ਇਹ ਚੀਜ਼ ਦਿੱਤੀ ਆ ਤਾਂ ਉਹ ਇਹ ਸੋਚ ਕੇ ਦਿੱਤੀ ਹੋਊਗੀ ਵੀ ਇਹ ਜਾਦੇ ਰਿਸਪਾਂਸਿਵਲ ਆ ਵੀ ਹਾਂ ਇਹਨਾਂ ਨੂੰ ਦਿਓ ਤੇ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਤਈ ਪੂਰੇ ਕਾਮਯਾਬੀ ਹੋਏ ਆ ਜਿੱਥੇ ਵੀ ਇਹਨਾਂ ਕਿਹਾ ਉਹਦੇ ਵਿੱਚ ਹੀ ਇਹ ਕਾਮਯਾਬ ਹੋਈ ਆ ਜਿੱਦਾਂ ਇਹ ਮੈਨੂੰ ਲੱਗਦਾ ਕਿ ਜਿਹੜਾ 25 ਟੌਪ ਊਮਨ ਥੈਟਸ ਦਾ ਬੈਸਟ ਅਵਾਰਡ ਐਂਡ ਸੈਕੰਡਲੀ ਰੈਡ ਐਫ ਐਮ ਸਾਨੂੰ ਸੱਦਿਆ ਤੇ ਅਸੀਂ ਗੱਲਬਾਤ ਕਰ ਰਹੇ ਆਂ ਤੇ ਇਹ ਵੀ ਬਹੁਤ ਬੜਾ ਅਵਾਰਡ ਹੈ ਸਾਡੇ ਲਈ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਕਦੇ ਵੀ ਇਹ ਨਾ ਸੋਚਿਓ ਕਿ ਕੋਈ ਬੱਚਾ ਬਿਮਾਰ ਆ ਭਈ ਉਹ ਠੀਕ ਨਹੀਂ ਹੋ ਸਕਦਾ ਹੋਊਗਾ ਠੀਕ ਐਕਸੈਸ ਇਜ਼ ਸਭ نو ਬੈਸਟ ਚੀਜ਼ ਹੈ ਫੈਮਲੀ ਦੇ ਵਿੱਚ ਜੁਨਿਟੀ ਬਹੁਤ ਬੜੀ ਗੱਲ ਹੈ ਕਿਉਂਕਿ ਅਸੀਂ ਜੁਆਇੰਟ ਫੈਮਲੀ ਵਿੱਚ ਰਹਿੰਦੇ ਆ ਤੇ ਅਸੀਂ ਮੇਰੇ ਪੁੱਤੇ ਵੀ ਨਾ ਰਹਿੰਦੇ ਆ ਉਹਨਾਂ ਨੂੰ ਵੀ ਇਹ ਤੋਂ ਇਨਸਪਾਇਰੇਸ਼ਨ ਇਦਾਂ ਮਿਲੀ ਆ ਕਿ ਸਕੂਲ ਤੋਂ ਬਾਅਦ ਉਹਨਾਂ ਦਾ ਦੂਜਾ ਥਾਂ ਜਿਹੜਾ ਜਿਮ ਆ ਹੋਰ ਨਹੀਂ ਕਿਤੇ ਵੀ ਜਿਮ ਜਾਂ ਕੋਈ ਵੀ ਐਕਸਰਸਾਈਜ਼ ਕਰਨੀ ਆ ਇਹੀ ਆ ਪੂਆ ਬਲਾਂਦੇ ਆ ਹਾਂ ਪੂਆ ਐਵਰੀਥਿੰਗ ਹੈਪਨਸ ਫॉर ਅ ਰੀਜ਼ਨ ਯੈਸ ਦਸ ਟਰੂ ਸੋ ਤੁਹਾਡਾ ਸੁਨੇਹਾ ਕੀ ਹੋਊਗਾ ਸੁਣਨ ਵਾਲਿਆਂ ਨੇ ਮੈਂ ਤਾਂ ਹਮੇਸ਼ਾ ਇਹੀ ਕਹੂੰਗਾ ਕਿ ਕੋਈ ਵੀ ਇਨਸਾਨ ਜੋ ਇੱਥੇ ਆਇਆ ਉਹ ਕਿਸੇ ਕਾਰਨ ਕਰਕੇ ਆਇਆ ਉਹਦੇ ਵਿੱਚ ਕੋਈ ਨਾ ਕੋਈ ਅਬਿਲਟੀ ਆ ਆਪਾਂ ਉਹਨੂੰ ਡਿਸੇਬਿਲਟੀ ਵਾਂਗ ਨਾ ਦੇਖੀਏ ਉਹਨੂੰ ਆਪਾਂ ਅਬਿਲਟੀ ਵਾਂਗ ਦੇਖੀ ਵੀ ਹਾਂ ਬਾਕੀ ਅ ਵੀ ਇਹ ਕਰ ਸਕਦਾ ਤੇ ਜਦੋਂ ਵੀ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਇਹ ਨਾ ਹੋਵੇ ਕਿ ਅਸੀਂ ਸੋਚੀਏ ਕਿ ਹਾਂ ਵੀ ਇਹ ਤਾਂ ਹੋਣਾ ਨਹੀਂ ਜਾਂ ਵੀ ਇਹ ਡਿਸੇਬਲਡ ਆ ਪਰ ਪਲੀਜ਼ ਸਾਰੇ ਇਸ ਤਰ੍ਹਾਂ ਸਮਝੋ ਕਿ ਇਹ ਵੀ ਸਾਡੀ ਧੀ ਆ ਇਹ ਵੀ ਸਾਡਾ ਬੱਚਾ ਆ ਤੇ ਇਹ ਜਿਸ ਤਰ੍ਹਾਂ ਲਵਪ੍ਰੀਤ ਨੇ ਹੁਣ ਆਪਣੇ ਇਹਨ ਸਾਰੇ ਬੈਰੀਅਰ ਤੋੜ ਕੇ ਟੌਪ ਦੇ ਸਾਰੇ ਕੰਮ ਕਰਕੇ ਦਿਖਾ ਲਿਆ ਮੈਂ ਸਾਰੇ ਬੱਚਿਆਂ ਨੂੰ ਇਹੀ ਸੁਨੇਹਾ ਦਿੰਨਾ ਪੁੱਤੋ ਤੁਸੀਂ ਸਾਰੇ ਕਰ ਸਕਦੇ ਆ ਇਹ ਕੰਮ ਕੋਈ ਵੀ ਇਦਾਂ ਦੀ ਗੱਲ ਹੈ ਨਹੀਂ ਜਿਹੜੀ ਤੁਸੀਂ ਦੁਨੀਆ ਵਿੱਚ ਨਹੀਂ ਕਰ ਸਕਦੇ ਹਾਂ ਤੁਸੀਂ ਕਰ ਸਕਦੇ ਆ ਦੇਖੋ ਇਹ ਟੌਪ 25 ਦੇ ਵਿੱਚ ਆਈ ਆ ਮੈਨੂੰ ਇਹ ਪਤਾ ਲੱਗਾ ਕਿ ਆਪਣੀ ਮੇਅਰ ਜੋਤੀ ਗੋਂਟਿਕ ਨੂੰ ਵੀ ਪਿਛਲੇ ਸਾਲ ਇਹ ਅਵਾਰਡ ਮਿਲਿਆ ਸੀ ਮੈਨੂੰ ਤਾਂ ਬਹੁਤ ਮਾਣ ਆ ਕਿ ਇਹ ਸਾਡੀ ਡਿਸੇਬਿਲਟੀ ਨੂੰ ਵੀ ਇਹ ਅਵਾਰਡ ਮਿਲਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਵੂਮਨ ਡੇ ਤੇ ਮੈਂ ਸਾਰਿਆਂ ਨੂੰ ਫਿਰ ਲੱਖ ਲੱਖ ਵਧਾਈਆਂ ਦਿੰਨਾ ਭੈਣੋ ਮਾਤਾਵੋ ਤੇ ਬੱਚਿਓ ਡਟ ਕੇ ਆਪਣੀ ਜ਼ਿੰਦਗੀ ਦੇ ਵਿੱਚ ਜਿਓ ਕੋਈ ਵੀ ਪਿੱਛੇ ਦੇਖਣ ਦੀ ਲੋੜ ਨਹੀਂ ਹੈ ਮੋਹਰੇ ਬਹੁਤ ਵਧੀਆ ਦੇਸ਼ ਆ ਪਾ ਜਿੱਥੇ ਬੈਠ ਰਹੇ ਆ ਥੈਂਕ ਯੂ ਯਾ ਵੈਲਕਮ ਲਵ ਪ੍ਰੀਤੀ ਆ ਮੈਸੇਜ ਫੋਰ ਇੰਟਰਨੈਸ਼ਨਲ ਵੂਮਨਸ ਡੇ ਟੂ ਆਰ ਲਿਸਨਰਸ ਹੈਪੀ ਇੰਟਰਨੈਸ਼ਨਲ ਵੂਮਨਸ ਡੇ